ਰਹੇ ਸੀਗੇ ਵੀ ਖਾਲੀ ਅਸੀਂ ਸਿੱਧੂ ਨੂੰ ਮਾਰ ਕੇ ਸਾਡਾ ਸਾਰਾ ਨਾ ਕੰਮ ਚੱਲ ਜਾਊ ਤੇ ਇਹ ਤੁਸੀਂ ਉਹਨਾਂ ਦੇ ਮੂੰਹ ਤੇ ਚਪੇੜ ਇਹ ਜਿਹੀ ਮਾਰੀ ਹੈ ਵੀ ਸਿੱਧੂ ਹਜੇ ਹੈਗਾ। ਬੜੀ ਮਨ ਨੂੰ ਖੁਸ਼ੀ ਹੋਈ ਜਿਹੜੇ ਸਿੱਧੂ ਸਾਡੇ ਨਾਲ ਰਿਸ਼ਤੇ ਬਣਾ ਕੇ ਗਏ। ਮੈਂ ਕਹਿੰਦੀ ਹਾਂ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਮਾਂ ਪਿਓ ਦੇ ਹਿੱਸੇ ਆਉਣਗੇ ਇਹ ਰਿਸ਼ਤੇ। ਪਤਾ ਨਹੀਂ ਉਹ ਤਾਂ ਹੀ ਹਰਿਕ ਦੇ ਇੰਨਾ ਦਿਲ ਤੇ ਵਸੇਗਾ ਵੀ ਮਗਰੋਂ ਮੇਰੇ ਮਾਂ ਪਿਓ ਨੂੰ ਜਿਹੜੀ ਮੇਰੀ ਕਮੀ ਉਹ ਮਹਿਸੂਸ ਨਾ ਹੋਵੇ। ਵਾਕਈ ਅਸੀਂ ਜੇ ਅੱਜ ਜਿੰਦਾ ਹੈਗੇ ਹਾਂ ਤਾਂ ਅਸੀਂ ਤੁਹਾਡੇ ਸਹਾਰੇ ਨਾਲ ਜਿੰਦਾ। ਅਸੀਂ ਸਰਕਾਰਾਂ ਤੋਂ ਇੱਕੋ ਹੀ ਚੀਜ਼ ਇੱਕ ਦੋ ਤਿੰਨ ਸਵਾਲ ਹੀ ਮਤਲਬ ਸਵਾਲ ਤੇ ਸਵਾਲ ਆ ਜਾਂਦਾ ਤਾਂ ਅਸੀਂ ਆਖਿਆ ਸੀ ਸਾਡੀ ਸਿਕਿਉਰਿਟੀ ਲੀਕ ਕੀਤੀ। ਉਹਨਾਂ ਦਾ ਸਰਕਾਰਾਂ ਕੋਈ ਜਵਾਬ ਹੈਗਾ ਦੇ ਹੀ ਰਹੇ। ਦੂਜਾ ਅਸੀਂ ਕਿਹਾ ਸੀ ਵੀ ਜਿਹੜਾ ਅਸੀਂ ਨਾਂ ਲੈਂਦੇ ਹਾਂ ਤੁਸੀਂ ਉਹਨਾਂ ਦੇ FIR ਦਰਜ ਕਰੋ। ਕਰ ਸਕਦੇ ਨਹੀਂ ਕਰਦੇ ਕਿਉਂਕਿ ਚਹੇਤੇ ਆ ਉਹਨਾਂ ਦੇ। ਤੀਜੀ ਅਸੀਂ ਹੁਣ ਫਿਰ ਮੰਗ ਕਰੀ ਜਾਂਦੇ ਹਾਂ ਵੀ ਜਿਹੜੀ ਆਹ ਇੰਟਰਵਿਊ ਆਈ ਹੈ ਲਾਰੈਂਸ ਦੀ ਇਹਦੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਨਾ ਹੀ ਇੰਟਰਵਿਊ ਲੈਣ ਵਾਲੇ ਤੇ ਹੋ ਰਹੀ ਹੈ ਨਾ ਹੀ ਇੰਟਰਵਿਊ ਕਰਨ ਵਾਲੇ ਤੇ ਹੋ ਰਹੀ ਹੈ। ਇਹਨੂੰ ਭਲੀ ਭਾਂਤ ਤੁਸੀਂ ਵੀ ਸਾਰੇ ਜਾਣਦੇ ਹੋ ਤੇ ਅਸੀਂ ਵੀ ਸਮਝੇ ਬੈਠੇ ਹਾਂ। ਇਹ ਐ ਨਾ ਸੋਚੇ ਸਰਕਾਰ ਵੀ ਬੁੱਧੂ ਨੇ ਲੋਕ ਬੁੱਧੂ ਨੇ ਲੋਕ ਸਾਰੇ ਜਾਣਦੇ ਆ। ਆ ਅੰਮ੍ਰਿਤਪਾਲ ਵਾਲੇ ਤੋਂ ਬਾਅਦ ਤਾਂ ਵੀ ਦੁਨੀਆਂ ਦਾ ਇੰਨਾ ਰਵੱਈਆ ਬਦਲਿਆ ਹੈ। ਇਹ ਵੀ ਉਹ ਲੋਕ ਨਹੀਂ ਹੈਗੇ ਜਿਹੜੇ ਬਾਈ ਹੁਣ ਤੱਕ ਮਤਲਬ ਅੱਖਾਂ ਵਿੱਚ ਵੋਟਾਂ ਪਾਉਂਦੇ ਆ ਰਹੇ ਆ ਇਹਨਾਂ ਲੋਕਾਂ ਨੂੰ। ਹੁਣ ਬਹੁਤ ਸਮਝਦਾਰ ਲੋਕ ਹੋ ਗਏ। ਹੁਣ ਤਾਂ ਜਿੱਥੇ ਜਾਂਦੇ ਆ ਉੱਥੇ ਗਲਤ ਹੱਥ ਪਾਉਂਦੇ ਆ ਅਗਲੇ। ਅਸੀਂ ਵੀ ਸਾਰਾ ਦਿਨ ਸੋਸ਼ਲ ਮੀਡੀਆ ਦੇਖਦੇ ਹਾਂ ਕਿਉਂਕਿ ਸਾਨੂੰ ਵੀ ਉੱਥੇ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਇਹਨਾਂ ਭਰੇਖਾ ਲੈਣਾ ਤੇ ਉਹ ਵੀ ਕੋਈ ਗੱਲ ਨਹੀਂ ਮੈਨੂੰ ਲੱਗਦੀ ਆ ਵੀ ਨਿਕਲ ਜਾਣਾ। ਸ਼ੁਭਦੀਪ ਤਾਇਕ ਰੱਬੀ ਰੂਹ ਸੀ ਜਿਹੜੇ ਇੰਨੇ ਤੁਹਾਡੇ ਵਰਗੇ ਸਾਰੇ ਭੈਣ ਭਰਾਵਾਂ ਦੇ ਦਿਲ 'ਚ ਵਸਣ ਤੁਸੀਂ ਕਿੱਥੋਂ ਕਿੱਥੋਂ ਚੱਲ ਕੇ ਆਪਦਾ ਕੀਮਤੀ ਸਮਾਂ ਕੱਢ ਛੱਡ ਕੇ ਆਪੋ ਆਪਦੇ ਕਾਰੋਬਾਰਾਂ 'ਚੋਂ ਮਸਾਂ ਇੰਨਾ ਕੁ ਟਾਈਮ ਕੱਢ ਕੇ ਤੁਸੀਂ ਐਡੀ ਦੂਰ ਆ ਕੇ ਆਉਂਦੇ ਤਾਂ ਇਹਦੇ ਵਿੱਚ ਕੋਈ ਹੈ? ਮੇਰੀ ਮਾਤਾ ਦੇ ਸਮਾਨ ਪਰਸੋਂ ਆਈ ਸੀਗੀ ਵਿਚਾਰੀ ਕੋਈ ਕਹਿੰਦੀ ਵੀ ਮੈਂ ਪੁੱਤ ਖੰਡ ਪਾਠ ਕਰਵਾ ਕੇ ਆਉਂਦਾ ਮੈਂ ਹੁਕਮਨਾਮਾ ਲੈ ਕੇ ਆਈਆਂ ਅਤੇ ਮੈਂ ਸਰੂਪਾ ਲੈ ਕੇ ਆਈਆਂ ਅਤੇ ਮੈਂ ਆਪਦੇ ਪੁੱਤ ਦੇ ਇਨਸਾਫ ਦੀ ਮੰਗ ਕਰ ਮੰਗ ਦੇ ਲਈ ਉੱਥੇ ਖੰਡ ਪਾਠ ਰਖਾਇਆ ਸੀ। ਹੁਣ ਮੈਂ ਅੜੀਸਰ ਸਾਹਿਬ ਕਰਵਾਉਣਾ ਇੱਕ ਮੈਂ ਤਿੰਨ ਕਿਤੇ ਦੌੜਨਾ ਸਾਹਿਬ ਕਰਵਾਉਣਾ ਜਿਹਦੇ ਨਾਲ ਇੰਨੀਆਂ ਦੁਆਵਾਂ ਨੇ ਉਹ ਇਹਨਾਂ ਨੂੰ ਜੜ੍ਹਾਂ ਨਹੀਂ ਪੱਟਣਗੀਆਂ। ਹੋ ਸਕਦਾ ਸਾਨੂੰ ਕਾਨੂੰਨ 'ਤੇ ਵਿਸ਼ਵਾਸ ਹੈ ਵੀ ਸਾਨੂੰ ਚੱਲ ਜੇ ਇਹ ਸਰਕਾਰਾਂ ਸਾਡੀ ਮਦਦ ਨਹੀਂ ਕਰਨਗੀਆਂ ਸਾਡੀਆਂ ਅਦਾਲਤਾਂ ਸਾਡੇ 'ਤੇ ਕਰਨਗੀਆਂ ਪਰ ਜੇ ਉੱਥੋਂ ਵੀ ਸਾਨੂੰ ਕੋਈ ਰਸਤਾ ਮਿਲੀ ਤਾਂ ਉਹ ਅਕਾਲ ਪੁਰਖ ਦੀ ਜਿਹੜੀ ਅਦਾਲਤ ਹੈ ਉੱਥੋਂ ਇਹ ਸੁੱਟਣਗੇ ਨਹੀਂ। ਆਉਣ ਵਾਲੇ ਸਾਲ ਦੋ ਸਾਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂ ਵੀ ਹਾਂ ਕਿਸੇ ਦੇ ਘਰ ਜਾਣੀ ਸੀ ਇਹਨਾਂ ਨੇ। ਜਿੱਦਾਂ ਸੰਦੀਪ ਨੰਗਲ ਦੀ ਮੌਤ ਹੋਈ ਹੈ ਕਤਲ ਹੋਇਆ ਮੈਂ ਉਹਨੂੰ ਦੇਖ ਲੈਂਦੀ ਵਾਰੀ ਵਾਰੀ ਰੋ ਲੈਂਦੀ ਦੇਖ ਲੈਂਦੀ ਵਾਰੀ ਰੋ ਲੈਂਦੀ ਵੀ ਐਡਾ ਵੱਡਾ ਸਰੀਰ ਮਾਂ ਨੇ ਪਾਲ ਕੇ ਆ ਗੋਲੀਆਂ ਦੇ ਖਤਰੇ ਇਹਨਾਂ ਨੇ ਮਿੰਟ 'ਚ ਰੇਤੇ 'ਚ ਮਿਲਾ ਤਾ ਜਵਾਕ ਦੀਪ ਸਿੱਧੂ ਮਰਿਆ। ਅਸੀਂ ਕੰਪੇਨ ਦੇ ਹੁੰਦੇ ਸੀ ਮੇਰੇ ਜਿੱਥੇ ਜੀ ਕਰਦਾ ਜਿੱਥੇ ਮੈਂ ਕਿਤੇ ਮਾੜਾ ਜਿਹਾ ਫੋਨ ਪਾਉਂਦੀ ਉਹਦੀ ਫੋਟੋ ਆ ਜਾਂਦੀ ਮੈਂ ਉੱਥੇ ਲੋਕ ਰੋਣ ਲੱਗੀ ਕਿ ਤੈਨੂੰ ਭਰਾਵਾ ਐਡੀਆਂ ਸ਼ੁਰਾਮ ਦੀ ਜ਼ਿੰਦਗੀ ਛੱਡ ਕੇ ਆਉਣ ਦਾ ਕੀ ਫਾਇਦਾ ਸੀ ਇਹਨਾਂ ਲੋਕਾਂ ਦਾ? ਉਹ ਆਪਣੇ ਲੋਕਾਂ ਲਈ ਪੜਿਆ ਅਤੇ ਇਹਨਾਂ ਨੂੰ ਹਜਮ ਨਹੀਂ ਹੋਇਆ ਇਹਨਾਂ ਨੇ ਮਾਰਤਾ। ਮੈਨੂੰ ਨਹੀਂ ਪਤਾ ਸੀ ਕਿ ਥੋੜ੍ਹੇ ਟਾਈਮ ਤੋਂ ਬਾਅਦ ਇਹ ਵਾਰੀ ਤਾਂ ਭੈਣ ਮੇਰੀ ਦੀ ਤਰੀਕੇ ਵੀ ਆਉਣ ਵਾਲੀ ਹੈ। ਮੈਂ ਤਾਂ ਭੁੱਲੀ ਬੈਠੀ ਸੀ ਮੈਂ ਤਾਂ ਉਹਨਾਂ ਨੂੰ ਰੋਈ ਜਾਂਦੀ ਸੀ ਬਈ। ਪਰ ਜਿਹੜਾ ਸ਼ੁਭਦੀਪ ਮੇਰੀ ਝੋਲੀ 'ਚ ਰਿਸ਼ਤੇ ਪਾ ਕੇ ਗਿਆ ਮੈਂ ਕਹਿੰਦੀ ਹਾਂ ਵੀ ਮੈਂ ਕਰਮ ਵਾਲੀ ਮਾਂ ਨਹੀਂ ਕਿਸੇ ਦੇ ਇੰਨੇ ਹਿੱਸੇ ਆਉਂਦੀ ਜਿੰਨੇ ਮੇਰੇ ਹਿੱਸੇ ਆਏ। ਮੈਂ ਜੇ ਮੈਂ ਮਾੜਾ ਜਿਹਾ ਵੀ ਉਦਾਸ ਸਟੇਟਸ ਲਾ ਦਾ ਨਾ ਜਵਾਕ ਮੈਨੂੰ ਉਹ ਵੀ ਲੱਗ ਜਾਂਦੇ ਨੇ ਬਾਹਰੋਂ ਫੋਨ ਕਰਨ ਕੀ ਹੋਇਆ ਹੋਇਆ। ਜਦੋਂ ਤੁਸੀਂ ਥੋੜ੍ਹੇ ਜਿਹੇ ਢਿੱਲੇ ਨਜ਼ਰ ਆਉਂਦੇ ਤਾਂ ਸਾਨੂੰ ਸਾਡਾ ਬਾਈ ਢੰਗੀ ਕਲਾ 'ਚ ਲੱਗਦਾ ਮੈਨੂੰ ਗੁੱਸੇ ਹੁੰਦੇ ਨੇ। ਤੁਸੀਂ ਢੰਗੀ ਕਲਾ 'ਚ ਨਹੀਂ ਰਹਿਣਾ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ। ਜਦੋਂ ਤੁਸੀਂ ਵਧੀਆ ਤਿਆਰ ਵਿਆਰ ਹੋਣਾ ਜਾਂ ਤੁਹਾਡੇ ਕੱਪੜੇ ਲੱਭਾ ਤੁਸੀਂ ਹੌਸਲੇ ਨਾਲ ਬੋਲਦੇ ਤਾਂ ਸਾਨੂੰ ਐਂ ਲੱਗਦਾ ਵੀ ਸਾਡਾ ਭਰਾ ਹੈ ਜਿਹੜਾ ਉਹ ਚੜ੍ਹਦੀ ਕਲਾ 'ਚ। ਸਾਨੂੰ ਇਹ ਗੱਲਾਂ ਨੇ ਜਿਹੜੀਆਂ ਨਾ ਤੁਹਾਡੀਆਂ ਬਹੁਤ ਹੌਸਲਾ ਦਿੰਦੀਆਂ ਨੇ। ਸਾਨੂੰ ਕਿਸੇ ਸਰਕਾਰ ਤੇ ਵੀ ਸਾਨੂੰ ਨਹੀਂ ਪਤਾ ਸੀ ਇੱਕ ਸੱਚ ਬੋਲਣ ਵਾਲਾ ਪਰਿਵਾਰ ਹੈ ਸਾਡਾ ਸ਼ੁਰੂ ਤੋਂ ਅਸੀਂ ਤਿੰਨ ਜਣਿਆਂ ਦਾ ਪਰਿਵਾਰ ਸੀ। ਅਸੀਂ ਚਾਹੇ ਸਾਡੇ ਕੋਈ ਆਪਦਾ ਨਹੀਂ ਚਾਹੇ ਬਗਾਨਾ ਅਸੀਂ ਸੱਚ ਬੋਲਦੇ ਸੀ ਨਾ ਅਸੀਂ ਪਿਛਲੀਆਂ ਸਰਕਾਰਾਂ ਨੂੰ ਚੰਗਾ ਕਹਿੰਦੇ ਨਾ ਅਸੀਂ ਇਹਨੂੰ ਤਾਂ ਕਹਿਣਾ ਹੀ ਕਲੀਅਰ ਇਹਨਾਂ ਤਾਂ ਸਾਡੀਆਂ ਜੜ੍ਹਾਂ ਹੀ ਪੱਟ ਕੇ ਰੱਖਦੀ ਹੋ। ਪਿਛਲੀ ਸਰਕਾਰ ਦੇ ਵਿੱਚ ਵੀ ਸਾਡੇ ਮੇਰੇ ਪੁੱਤ ਦੇ 6 ਬੱਚੇ ਹੋਏ ਤੇ ਜਿਹਦਾ ਕੋਈ ਚਲਾਣ ਪੇਸ਼ ਨਹੀਂ ਕੀਤਾ। ਹੁਣ ਫੇਸਬੁੱਕ ਤੇ ਸਫਾਈਆਂ ਕਹਿੰਦੇ ਨੇ ਇਹਨੇ ਕੁਛ ਨਹੀਂ ਕੀਤਾ ਇਹਦਾ ਤਾਂ ਉਹ ਹੀ ਨਾਂ ਲਈ ਜਾਂਦੇ ਨੇ। ਮੈਂ ਕਹਿੰਦੀ ਹਾਂ ਭਰਾਓ ਮੈਂ
ਉਦੋਂ ਵੀ ਕਿਹਾ ਸੀ 2020 ਵਾਲਾ ਪਰਚਾ ਫੋਨ ਲਓ ਸਾਰੇ ਅਫਸਰ ਬੈਠੇ ਆ ਕਿ ਕਦਾ ਪਰਚਾ ਪਾਇਆ ਸੀ ਉਹ ਸਾਡੇ ਤੇ ਐਸਐਚਓ ਤੋਂ ਲੈ ਕੇ ਐਸਐਸਪੀ ਆਈਜੀ ਤੱਕ ਬੈਠੇ ਆ ਖੋਲੋ ਤੁਹਾਨੂੰ ਪਤਾ ਲੱਗ ਜੂਗਾ ਵੀ ਸਿੱਧੂ ਨੇ ਕੀ ਕਸੂਰ ਕੀਤਾ ਸੀ ਸਾਰੇ ਖੋਲੋ ਚੀਏ ਖੋਲੋ ਚੀਏ ਖੋਲ ਕੇ ਸਾਨੂੰ ਦੱਸੋ ਇਹ ਪ੍ਰੈਸ਼ਰ ਹੁੰਦੇ ਆ ਸਾਰਿਆਂ ਤੇ ਵੀ ਖਾਲੀ ਅਸੀਂ ਪੱਤੇ ਪਾ ਕੇ ਇਹਨਾਂ ਨੂੰ ਉਡਾਵਾਂਗੇ ਹੋ ਸਕਦਾ ਸਾਡੇ ਤੇ ਵੀ ਕੋਈ ਕਾਰਵਾਈ ਕਰ ਦੇਣ ਪਰ ਮੈਂ ਇਹਨਾਂ ਨੂੰ ਸੀਐਮ ਸਾਹਿਬ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਆ ਵੀ ਜਿਹੜੇ ਤੁਹਾਡੇ ਸਰਕਾਰਾਂ ਦੇ ਕੰਮ ਕਰਨ ਵਾਲੇ ਸਰਕਾਰਾਂ ਕਰੋ ਜਿਹੜੀ ਸਾਡੀ ਪੰਜਾਬ ਪੁਲਿਸ ਆ ਉਹ ਇੰਨੀ ਨਕੰਮੀ ਨਹੀਂ ਹੈਗੀ ਉਹਨਾਂ 'ਚ ਟੈਲੈਂਟ ਹੈਗਾ ਇੰਨਾ ਉਹ 1 ਮਿੰਟ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਣ ਜਾਣਗੇ ਇਹਨਾਂ ਦੇ ਹੱਥ ਨਾ ਬੰਨੋ ਪੁਲਿਸ ਇਹਨਾਂ 'ਚ ਇੰਨੀ ਤਾਕਤ ਹੈ ਮੈਂ ਸ਼ੁਭਦੀਪ ਦੇ ਜਿਉਂਦੇ ਹੁੰਦੇ ਵੀ ਇਹਨਾਂ ਪੁਲਿਸ ਵਾਲਿਆਂ ਦੀਆਂ ਮਨ ਦੀ ਖੁਸ਼ੀ ਦੇਖੀ ਉਹ ਕਿਹੋ ਜੀ ਸੀ ਉਹਨੇ ਜਾਣ ਤੋਂ ਬਾਅਦ ਇਹਨਾਂ ਦਾ ਦਰਦ ਵੀ ਦੇਖਿਆ ਮੈਂ ਕਿਹੋ ਲੈ ਜ਼ਰੂਰ ਨੇ ਇਹ ਵੀ ਕਿਉਂਕਿ ਇਹਨਾਂ ਦਾ ਜਿੰਨੇ ਸਰਕਾਰ ਕਹੂਗੀ ਵੀ ਐਂ ਕਰਨਾ ਉਹਨਾਂ ਦਾ ਵਿਚਾਰਿਆਂ ਨੇ ਉਹੀ ਕਰਨੀ ਹੈ ਬਿਸ਼ਨੋਈ ਕਹਿ ਰਿਹਾ ਹੈ ਦਲੀਲਾਂ ਦੇ ਰਿਹਾ ਹੈ ਇੰਨਾ ਕੁਛ ਬੋਲ ਰਿਹਾ ਬਿਸ਼ਨੋਈ ਪਾ ਰਿਹਾ ਆਪਣੇ ਮਾਂ ਪਿਓ ਦੀ ਫੋਟੋ ਫੇਸਬੁੱਕ ਤੇ ਸਾਡੀ ਵੀ ਚੱਲਦੀ ਹੈ ਸਾਰਾ ਦਿਨ ਦੇਖੀ ਫਿਰ ਮਾਂ ਦਾ ਪੁੱਤ ਤੇਰੇ ਮਾਂ ਪਿਓ ਨੂੰ ਕਿੰਨਾ ਕੁ ਸਵਾਦ ਦਿੰਦੇ ਆ ਲੋਕ ਕੋਈ ਇਹੋ ਜਿਹੇ ਕੰਮ ਕਰਨ ਨਾਲ ਕੋਈ ਮਹਾਨ ਨਹੀਂ ਬਣਦਾ ਹੁੰਦਾ ਨਾ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਆਪ ਸਮੇਂ ਇੱਕ ਦੂਜੇ ਦਾ ਕਤਲ ਕਰੀ ਜਾਂਦੇ ਵੀ ਇਹ ਰੱਬ ਦੀ ਦਿੱਤੀ ਹੋਈ ਜ਼ਿੰਦਗੀ ਹੈ ਕਿਸੇ ਇਨਸਾਨ ਦੀ ਦਿੱਤੀ ਹੋਈ ਨਹੀਂ ਪਲੀਜ਼ ਇਹ ਕੰਮ ਬੰਦ ਕਰ ਦਿਓ ਗੱਲਾਂ ਹੋਰ ਬਹੁਤ ਨੇ ਬਲਬਲੇ ਉੱਠਦੇ ਆ ਹਫ਼ਤਾ ਬਸ ਇਹੀ ਸੋਚੀ ਜਾਂਦੇ ਰਹਿੰਦੇ ਵੀ ਕੀ ਕਰੀਏ ਆਪ ਨੂੰ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਜਿਵੇਂ ਪੈ ਜਾਂਦੇ ਹਾਂ ਮਰੀਜ਼ ਨੂੰ ਫੜਦੇ ਹਾਂ ਕਿਉਂਕਿ ਅਸੀਂ ਇੱਕ ਹੋਣ ਹਾਰ ਸਾਡਾ ਜਵਾਕ ਖੋਹਿਆ ਇਹਨਾਂ ਨੇ ਸਾਡਾ ਜਵਾਕ ਰੱਬ ਨੇ ਨਹੀਂ ਖੋਇਆ ਸਾਡਾ ਜਵਾਕ ਇਹਨਾਂ ਦਰਿੰਦਿਆਂ ਨੇ ਮਾਰਿਆ ਸਾਡੀਆਂ ਬਦਦੁਆਵਾਂ ਤੇ ਜਿਹੜੀ ਉਹ ਮਾਤਾ ਵਰਗੀਆਂ ਖੰਡਪਾਠ ਸਾਹਿਬ ਕਰਵਾ ਕੇ ਆਉਂਦੀਆਂ ਨੇ ਤੇ ਉਹਨਾਂ ਦੀਆਂ ਬਦਦੁਆਵਾਂ ਕਦੇ ਖਾਲੀ ਨਹੀਂ ਜਾਣਗੀਆਂ ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਜਿਵੇਂ ਜਿਵੇਂ ਇਹ ਘਲਾਉਣਾ ਕੰਮ ਕੀਤਾ ਤੇ ਉਹਨਾਂ ਦਾ ਤੁਸੀਂ ਹਾਲ ਦੇਖਿਓ ਮੈਂ ਪਰਮਾਤਮਾ ਨੂੰ ਵੀ ਅਰਦਾਸ ਕਰਦੀ ਵੀ ਸਾਨੂੰ ਵੀ ਉਹਨਾਂ ਤੇ ਜਿੰਦਾ ਰੱਖੀ ਵੀ ਅਸੀਂ ਇਹਨਾਂ ਨੂੰ ਆਪਣੇ ਹੱਥੀ ਅੱਖੀ ਉੱਜੜਦੇ ਦੇਖੀਏ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਪੱਟ ਨੂੰ ਸਾਡੇ ਤੋਂ ਦੂਰ ਕੀਤਾ ਬਸ ਇੰਨਾ ਕਹਿੰਦੀ ਸਮਾਂ ਦੀ ਜਾ ਕੇ ਸਭ ਤੋਂ ਸ਼ਬਦ ਕਹਿ ਰਿਹਾ ਹੋਵੇ ਦੋ ਤੀਨ